डेरा सच्चा सौदा में क्या गतिविधियां होती थी डेरा सच्चा सौदे का संचालन कैसे होता था क्या इसका जिक्र एसआईटी ने अपनी रिपोर्ट में किया है इस समय मेरे साथ हैं पंजाब एवं हरियाणा हाईकोर्ट के एडवोकेट महेंद्र सिंह जोशी इनसे जानते हैं जी जोशी जी uh... ਹਾਈ ਕੋਰਟ ਚ ਜੋ ਡੇਰਾ ਵਾਇਲੈਂਸ ਦੇ ਸਬੰਧ ਚ ਡੇਰਾ ਸੱਚਾ ਸੌਦਾ ਦੇ ਪੰਚਕੁਲਾ ਵਿਖੇ ਜੋ ਵਾਇਲੈਂਸ ਹੋਇਆ ਉਸ ਦੇ ਸਬੰਧ ਜੋ ਹਾਈ ਕੋਰਟ ਚ ਰੱਟ ਚੱਲਦੀ ਹੈ ਉਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਆਪਣੀ ਸਟੇਟਸ ਰਿਪੋਰਟ ਸਬਮਿਟ ਕੀਤੀ ਜਿਦੇ ਵਿੱਚ ਉਹਨਾਂ ਨੇ ਡੇਰੇ ਦੇ ਹਰਾਰਕੀ ਸਟਰਕਚਰ ਦਾ ਵੀ ਵਰਣਨ ਕੀਤਾ ਵੀ ਡੇਰਾ ਸੰਚਾਲਨ ਕਿਵੇਂ ਹੁੰਦਾ ਹੈ ਫੋਰ ਲੇਅਰ ਚ ਕਿਵੇਂ ਇਹਨਾਂ ਦਾ ਮੈਨੇਜਮੈਂਟ ਚੱਲ ਰਿਹਾ ਹੈ ਉਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਬਾਬਾ ਗਰਮੀਤ ਰਾਮ ਸਿੰਘ ਐਜ਼ ਡੇਰਾ ਚੀਫ ਹੈੱਡ ਹੁੰਦੇ ਨੇ ਉਹ ਉਹਨਾਂ ਨੂੰ ਅਸਿਸਟ ਕਰਨ ਲਈ ਕਮੇਟੀ ਹੈ ਜਿਹਦੇ ਵਿੱਚ ਉਹਨਾਂ ਨੇ ਨਾਮ ਬਰਨਣ ਕੀਤਾ ਸਟੇਟਸ ਰਿਪੋਰਟ 'ਚ ਵਿਪਸਨਾ ਦਾ ਪੀ ਆਰ ਨੈਣ ਦਾ ਅਦਿਤ ਇਨਸਾਨ ਦਾ ਗੁਰਦਾਤ ਰਕੇਸ਼ ਪ੍ਰਵੀਨ ਗੋਪੀ ਪਵਨ ਇਨਸਾਨ ਆ ਵਗੈਰਾ ਵਗੈਰਾ ਜਿਹਦੇ ਵਿੱਚ ਕੁਝ ਹੋਰ ਨਾਮ ਵੀ ਆਉਂਦੇ ਨੇ ਤੇ ਇਸ ਬਾਬਾ ਜੀ ਨੂੰ ਹਰ ਮਾਮਲੇ ਚ ਫਾਈਨੈਂਸ਼ੀਅਲ ਹੋਵੇ ਸਟਰਕਚਰਲ ਹੋਵੇ ਜਾਂ ਐਮਐਸਜੀ ਦੀ ਜਿਹੜੀਆਂ ਚ ਪ੍ਰੋਡਕਟਸ ਨੇ ਉਹ ਸੰਗਤ ਨੂੰ ਵੇਚੀ ਨੇ ਹੋਣ ਜਾਂ politically ਐਕਸਪਲੋਇਟ ਕਰਨਾ ਹੋਵੇ politcal ਲੀਡਰਾਂ ਨੂੰ ਜਾਂ ਉਹਨਾਂ ਨੂੰ ਕਿਵੇਂ ਕਿਹਨੂੰ ਸਹਿਯੋਗ ਦੇਣਾ ਹੈ ਕਿਹਨੂੰ ਨਹੀਂ ਦੇਣਾ ਕਿ ਤੋਂ ਕੀ ਕੰਮ ਲੈਣਾ ਇਹ ਸਾਰੇ ਮਾਮਲੇ ਤੇ ਇਹ ਜਿਹੜੀ ਕਮੇਟੀ ਹੈ ਉਹ ਬਾਬਾ ਜੀ ਨੂੰ ਗਾਈਡ ਕਰਦੀ ਤੇ ਅਸਿਸਟੈਂਸ ਦਿੰਦੀ ਸੀ ਹੁਣ ਜਦੋਂ ਕੇਸਾਂ ਦਾ ਬਹਾਰ ਚੱਲ ਪਿਆ ਡਿਸੀਜਨ ਦੇ ਨੇੜੇ ਆ ਗਿਆ ਤਾਂ ਜਿਹੜਾ ਹੈਗਾ ਜੁਡੀਸੀ ਤੇ ਪ੍ਰਭਾਵ ਪਾਉਣ ਲਈ ਪ੍ਰਸ਼ਾਸਨ ਤੇ ਪ੍ਰਭਾਵ ਪਾਉਣ ਲਈ ਜਿਹੜਾ ਮੀਟਿੰਗਾਂ ਸ਼ੁਰੂ ਹੋ ਗਈਆਂ ਮੀਟਿੰਗਾਂ ਦਾ ਸਿਲਸਿਲਾ ਅਸਲ ਚ ਜੇ ਦੇਖਿਆ ਜਾਵੇ ਤਾਂ 2002 ਚ ਜਦੋਂ ਗੁੰਮਨਾਮ ਚਿੱਠੀ ਹਾਈ ਕੋਰਟ ਚ ਆਈ ਤੇ ਹਾਈ ਕੋਰਟ ਦੇ ਹੁਕਮਾਂ ਨਾਲ ਸੀਬੀਏ ਜਾਂਚ ਸ਼ੁਰੂ ਹੋਈ ਤਤੋ ਹੀ ਡੇਰੇ ਵਿੱਚ ਬਕਾਇਦਾ ਇਹ ਇਸ ਮਾਮਲੇ ਤੇ ਜਿਹੜਾ ਸਰਕਾਰਾਂ ਤੇ ਪ੍ਰਭਾਵ ਪਾਉਣ ਲਈ ਉਹਦੀ ਮੀਟਿੰਗਾਂ ਸ਼ੁਰੂ ਹੋ ਗਈਆਂ ਸੀ ਈਵਨ 2005 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਬਈ 500 ਬੰਦਾ ਬਾਬਾ ਗਰਮੀਦਰ ਸਿੰਘ ਨੇ ਮਰਨਬਰ ਤੇ ਬਿਠਾਤਾ ਸੀਗਾ ਉੱਥੇ ਇੱਕ ਪੇਪਰ ਮਿੱਲਾ ਉਹਦੇ ਨੇੜੇ ਤੇ ਉਹ ਚਾਰ ਪੰਜ ਦਿਨ ਬੰਦੇ ਜਦੋਂ ਭੁੱਖੇ ਰਹੇ ਤੇ ਬਹੁਤ ਸੰਗਤ ਦੀ ਜਿਹੜੀ ਹੈਗੀ ਆ ਉਹ ਭੁੱਖੇ ਰਹਿਣ ਕਰਕੇ ਜਿਹੜੇ ਮਨਮਰਤੇ ਬਣ ਤੇ ਬਹੁਤ ਨਾਜ਼ੁਕ ਹਾਲਤ ਹੋ ਗਈ ਸੀ ਫਿਰ ਪ੍ਰਸ਼ਾਸਨ ਨੇ ਵਿੱਚ ਪੈਪ ਵਾਕੇ ਉਹ ਜਿਹੜਾ ਹੈਗਾ ਮਨਮਰਤੋ ਉਠਾਇਆ ਗਿਆ ਸੀ ਤੁਹਾਨੂੰ ਇਹ ਵੀ ਯਾਦ ਹੋਊਗਾ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਚਲਾਨ ਪੇਸ਼ ਹੋ ਰਿਹਾ ਸੀ ਰੇਪ ਕੇਸ ਦੇ ਵਿੱਚ ਤੇ ਕੋਈ ਕਰੀਬ ਕਈ ਲੱਖ ਸੰਗਤ ਇਕੱਠੀ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਬਹੁਤ ਵੱਡਾ ਜਲੂਸ ਵੀ ਕੱਢਿਆ ਗਿਆ ਸੀ ਸਰਕਾਰਾਂ ਨੂੰ ਜਿਹੜਾ ਪ੍ਰਭਾਵਿਤ ਕਰਨ ਲਈ ਜੁਡੀਸ਼ੀਨ ਪ੍ਰਭਾਵਿਤ ਕਰਨ ਲਈ ਇਵਨ ਸੀਬੀਆਈ ਨੂੰ ਵੀ ਪ੍ਰਭਾਵਿਤ ਕਰਨ ਲਈ ਜਿਹੜਾ ਉਹ ਮੌਬ ਹੈ ਲੱਖਾਂ ਦੀ تعداد ਚ ਸੀਬੀਆਈ ਦੇ ਦਫ਼ਤਰ ਅੱਗੋਂ ਦੀ ਨੰਗਾਇਆ ਗਿਆ ਸੀਗਾ ਤੁਹਾਡੇ ਯਾਦ ਹੋਊਗਾ ਇਸ ਤਰ੍ਹਾਂ ਦਾ ਹੁਣ ਜਦੋਂ ਇਹ ਗੱਲ ਚੱਲੀ ਤਾਂ 17 ਅੱਠ ਨੂੰ ਇਨਵੈਸਟੀਗੇਸ਼ਨ ਚਾਰਿਆ ਸਟੇਟਸ ਰਿਪੋਰਟ ਚਾਰਿਆ ਵੀ ਡੇਰੇ ਚ ਮੀਟਿੰਗ ਹੋਲਡ ਕਰੀ ਜਿਹਦੇ ਵਿੱਚ ਇਹ ਸਾਰੀ ਜਿਹੜੀ ਬਾਬੇ ਨੂੰ ਅਸਿਸਟ ਕਰਦੀ थी ਉਹ ਕਮੇਟੀ ਅਤੇ ਕੁਝ 45 ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਹ ਮੀਟਿੰਗ ਚ ਪ੍ਰੈਜੈਂਟ ਸੀਗੇ ਕੁਝ ਜਿਹੜੇ ਡੇਰੇ ਦੇ ਪੰਜਾਬ ਲੈਵਲ ਹਰਿਆਣਾ ਲੈਵਲ ਦੇ ਸਿਆਸੀ ਪਿੰਕ ਦੇ ਐਕਟਿਵ ਮੈਂਬਰ ਸੀਗੇ ਉਹ ਵੀ ਉਸ ਮੀਟਿੰਗ ਚ ਪ੍ਰੈਜੈਂਟ ਸੀਗੇ ਤੇ ਉੱਥੇ ਇਹ ਸਾਰੀ ਜਿਹੜੀ ਹੈਗੀ ਹੈ ਬੈਲੈਂਸ ਕਰਨ ਦੀ ਜਿਹੜੀ ਹੈ ਕੌਨਸਪੀਰੇਸੀ ਉਹ ਹੈਲਡ ਹੋਈ ਜੋ ਸਾਬ ਡੇਰੇ ਕੀ ਪ੍ਰੋਪਰਟੀ ਦਾ ਕਿਉਂ ਕੋਰਟ ਕਮਿਸ਼ਨਰ ਨੇ ਆਪਣੀ ਰਿਪੋਰਟ ਮੇਂ ਜ਼ਿਕਰ ਕੀਤਾ ਹੈ ਕਿਆ ਡੇਰੇ ਦੀ ਪ੍ਰਾਪਰਟੀ ਬਾਰੇ ਤੇ ਜਿਹੜਾ ਉਹ ਸ਼ਾਮਸਤਾਨਾ ਜੀ ਦੇ ਫੋਲੋਅਰ ਵੱਲੋਂ 17 ਡੇਰੇ ਅਟੈਚ ਨਾ ਕਰਨ ਲਈ ਬੇਨਤੀ ਕੀਤੀ ਹੈ ਉਹਦੇ ਸਬੰਧ ਚ ਉਹਨਾਂ ਨੇ ਰੈਵਨਿਊ ਰਿਕਾਰਡ ਜਿਹੜਾ ਹੈਗਾ ਡਿਸਟ੍ਰਿਕਟ ਰੈਵਨਿਊ ਅਥਾਰਟिटीज ਤੋਂ ਲੈ ਕੇ ਉਹ ਆਪਣਾ ਉਹਨਾਂ ਨੇ ਉਹ ਨਾਲ ਪੇਸ਼ ਕੀਤਾ ਜਿਹਦੇ ਵਿੱਚ ਇਹ 1948 ਚ ਡੇਰਾ ਸੱਚਾ ਸਦਾ ਸਥਾਪਿਤ ਹੋਇਆ ਤੇ 10 ਡੇਰੇ ਉਹਨਾਂ ਨੇ ਮੰਨਿਆ ਵੀ ਇਹ ਸ਼ਾਮਸਤਾਨਾ ਜੀ ਦੇ ਸਮੇਂ ਦੇ ਬਣੇ ਹੋਏ ਨੇ ਤੇ ਉਹਨਾਂ ਦਾ ਰੈਵਨਿਊ ਰਿਕਾਰਡ ਚ ਵੀ ਸ਼ਾਮਸਤਾਨਾ ਜੀ ਦਾ ਉਸ ਸਮੇਂ ਜ਼ਿਕਰ ਹੈ ਬਾਚੇ ਹੈ ਡੇਰੇ ਨੇ ਜੋ ਪ੍ਰਾਪਰਟੀ ਖਰੀਦੀ ਹੈ ਜਿਹੜਾ ਹੁਣ ਗੱਲ ਆਉਂਦੀ ਹੈ ਵੀ 900 ਏਕੜ ਹੈ ਜੀ ਇੰਨਾ ਏਕੜ ਹੈ ਜੀ ਇਹ ਡੇਰੇ ਦੇ ਜਿਹੜੇ ਕਰੀਬ 500 ਸਾਧੂ ਤੇ ਜਿਨ੍ਹਾਂ ਚੋਂ ਹੁਣ ਜ਼ਿਕਰ ਆ ਰਿਹਾ ਵੀ 400 ਦੇ ਕਰੀਬ ਤਾਂ ਨਪੁੰਸਕ ਬਣਾ ਦਿੱਤੇ ਗਏ ਸੀ ਇਹਨਾਂ ਲੋਕਾਂ ਦੇ ਨਾਂ ਤੇ ਡੇਰੇ ਨੇ ਪ੍ਰਾਪਰਟੀ ਖਰੀਦੀ ਸੀ ਰਜਿਸਟਰੀਆਂ ਇਹਨਾਂ ਦੇ ਨਾਂ ਸੀਗੀਆਂ ਲੇਕਿਨ ਜਦੋਂ ਡੇਰੇ ਨੇ ਇਹ ਦੇਖਿਆ ਵੀ ਇਹ ਬੰਦੇ ਘਰਾਂ ਨੂੰ ਜਾ ਸਕਦੇ ਨੇ ਇਹ ਇਹ ਮਿਸਯੂਜ਼ ਕਰ ਸਕਦੇ ਨੇ ਤਾਂ ਇਹਨਾਂ ਤੋਂ ਪਾਵਰ ਟੋਰਨੀਆਂ ਲੈ ਕੇ ਉਹ ਉਹ ਰਜਿਸਟਰੀਆਂ ਵਾਪਸ ਟਰਸਟ ਬਣਾ ਕੇ ਉਹ ਡੇਰੇ ਨੇ ਆਪਣੇ ਨਾਮ ਲਿਆਂਦੀਆਂ ਬਾਅਦ ਚ ਪ੍ਰਾਪਰਟੀਆਂ ਜੋਸ ਜੀ ਜੋ ਅਨੁਵਾਈ ਡੇਰੇ ਮੇ ਰਹਿ ਰਹੇ ਹਨ ਉਹ ਪ੍ਰਾਪਰਟੀ ਕਿਸ ਕੀ ਹੈ ਉਸਕਾ ਮਾਲਕਾਨਾ ਹੱਕ ਕਿਸ ਕੇ ਪਾਸ ਹੈ ਦੇਖੋ ਜੀ ਬਾਬਾ ਗੁਰਮੀਤ RAM Singh ਨੇ ਸ਼ਾਮਸਤਾਨਾਜੀ ਧਾਮ ਦੇ ਸਾਹਮਣੇ ਇੱਕ ਤੇ ਸੱਚ ਮਾਰਕੀਟ ਬਣਾਈ ਸੱਚ ਮਾਰਕੀਟ ਦੇ ਪਿਛਲੇ ਪਾਸੇ ਬਹੁਤ ਸੁੰਦਰ ਕੋਠੀਆਂ ਬਣਾਈਆਂ ਬਹੁਤ ਸਾਰੀਆਂ ਪੂਰਾ ਨਗਰ ਬਸਾਇਆ ਤੇ ਇਸੇ ਤਰ੍ਹਾਂ ਉੱਥੇ ਫਲੈਟ ਬਣਾਏ ਇਮੇਜ ਕਰਿਉਨਾ ਨੇ ਜਿਹੜਾ ਸ਼ਾਸਤਨਾਮ ਜੀਤਾਮਣਾ ਉਹਦੇ ਵਿੱਚ ਵੀ ਬਹੁਤ ਸਾਰੀਆਂ ਕੋਠੀਆਂ ਬਣਾਈਆਂ ਪਰ ਇਹਦਾ ਦੁਖਦਾਈ ਪਹਿਲੂ ਇਹ ਹੈ ਵੀ ਸ਼ਰਦਾ ਦੇ ਵਿੱਚ ਡੇਰਾ ਫੋਲੋਅਰ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਉੱਥੇ ਜਾ ਕੇ ਉਹ ਪ੍ਰਾਪਰਟੀਆ ਖਰੀਦ ਲੀਆਂ ਕੋਠੀਆਂ ਖਰੀਦ ਲੀਆਂ ਤੇ ਸਾਰੇ ਪੈਸੇ ਡੇਰਾ ਮੈਨੇਜਮੈਂਟ ਨੂੰ ਦੇਤੇ ਪਰ ਦੁੱਖਦਈ ਗੱਲ ਇਹ ਹੈ ਵੀ ਹੁਣ ਬਹੁਤ ਸਾਰੇ ਲੋਕ ਉਥੋਂ ਜਾਣਾ ਚਾਹੁੰਦੇ ਨੇ ਪਰ ਉਹ ਕਿਉਂਕਿ ਡੇਰਾ ਮੈਨੇਜਮੈਂਟ ਨੇ ਪੈਸੇ ਤਾਂ ਲੈ ਲੇ ਕੋਠੀਆਂ ਦੇ ਤੇ ਫਲੈਟਾਂ ਦੇ ਪਰ ਉਹ ਡੇਰਾ ਫੋਲੋਅਰ ਦੇ ਨਾਮ ਰਜਿਸਟਰੀ ਨਿਕਰਾਈ ਨਾ ਹੀ ਕੋਈ ਉਹਨਾਂ ਨੂੰ ਕੋਈ ਰਸੀਦ ਦਿੱਤੀ ਨਾ ਹੀ ਕੋਈ ਕਾਗਜ਼ ਬਣਾ ਕੇ ਦਿੱਤਾ ਨਾ ਹੀ ਕੋਈ ਪਾਵਰ ਆਟਾਰਨੀ ਦਿੱਤਾ ਤਾਂ ਕਿ ਉਹ ਅੱਗੇ ਕਿਸੇ ਨੂੰ ਬੇਚ ਸਕਣ ਜਾਂ ਜੇ ਕੋਈ ਅੱਗੇ ਟਰਾਂਸਫਰ ਕਰ ਸਕਣ ਬੰਦੇ ਨੂੰ 100 ਵਾਰੀ ਲੋਡ ਵੀ ਹੁੰਦੀ ਹੈ ਕਈ ਵਾਰੀ ਹੁਣ ਹਾਲਾਤਾਂ ਦੇ ਮੁਤਾਬਕ ਬਹੁਤ ਸਾਰੇ ਡੇਲਾ ਫੋਲੋਅਰ ਨੇ ਪਤਾ ਲੱਗਿਆ ਵੀ ਡਿਸਟ੍ਰਿਕਟ ਗ੍ਰੀਵੈਂਸ ਕਮੇਟੀ ਜੋ ਸਰਸਾ ਉਹਦੇ ਪਾਸ ਅਪਲੀਕੇਸ਼ਨਾਂ ਦਿੱਤੀਆਂ ਨੇ ਵੀ ਉਹ ਆਪਣਾ ਪ੍ਰਭਾਵ ਵਰਤ ਕੇ ਡੇਰਾ ਮੈਨੇਜਮੈਂਟ ਨੂੰ ਕਹੇ ਵੀ ਉਹ ਜਿਹੜੇ ਉੱਥੇ ਕੋਠੀਆਂ ਦੇ ਵਿੱਚ ਕਬਜ਼ੇ 'ਚ ਬੈਠੇ ਨੇ ਲੋਕ ਪੈਸੇ ਦੇ ਹੀ ਬੈਠੇ ਨੇ ਉਹਨਾਂ ਦੇ ਨਾਂ ਰਜਿਸਟ੍ਰੇਸ਼ਨ ਕਰਾਈਆਂ ਜਾਣ ਔਰ ਡੇਰਾ ਮੈਨੇਜਮੈਂਟ ਨੂੰ ਕੁਰਬਾਨੀਆਂ ਵੀ ਚਾਹੀਦੀਆਂ ਨੇ ਜੋਸੀ ਜੀ ਅਭੀ ਤੱਕ ਜਿੰਨੇ ਲੋਕ ਵੀ ਇਸ ਸੰਬੰਧ ਵਿੱਚ ਪਕੜੇ ਹਨ ਕੁਝ ਲੋਕ ਐਸੇ ਵੀ ਹੈ ਜਿੰਨ ਕੋ ਅਭੀ ਤੱਕ ਨਾ ਪਕੜਾ ਗਿਆ ਹੋਰ ਕੁਝ ਲੋਕ ਐਸੇ ਵੀ ਹੈ ਜਿੰਨ ਕੋ ਗਲਤ ਤਰੀਕੇ ਸੇ ਪਕੜ ਲਿਆ ਹੋ ਹਾਂ ਬਿਲਕੁਲ ਅਭੀ ਅਦਿੱਤਿਆਨ ਦਾ ਜ਼ਿਕਰ ਆ ਰਿਹਾ ਹੈ ਵੀ ਉਹ ਨਹੀਂ ਪਕੜੇ ਗਏ ਇਸੇ ਤਰ੍ਹਾਂ ਪ੍ਰਵੀਨ ਗੋਬੀ ਜੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜਾ ਇਨਵੈਸਟੀਗੇਸ਼ਨ ਟੀਮ ਨੂੰ ਦੇ ਸਕਦਾ ਹੈ ਰੁਪਿਆ ਪੈਸਾ ਕਿੱਥੇ ਰਿਮੂਵ ਹੋਇਆ ਉਹ ਇਹ ਬੰਦਾ ਹੀ ਦੱਸ ਸਕਦਾ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਹੈਗੇ ਨੇ ਜਿਹੜੇ ਜਗਜੀਤ ਸਿੰਘ ਤੇ ਰਾਮ ਸਿੰਘ ਚੇਅਰਮੈਨ ਵਗੈਰਾ ਅਜੇ ਜਿਹੜੇ ਨਹੀਂ ਗ੍ਰਿਫਤ ਨਹੀਂ ਆਏ ये थे मेरे साथ पंजाब एवं हरियाणा हाईकोर्ट के एडवोकेट महेंद्र सिंह जोशी इनका कहना है कि एसआईटी ने अपनी रिपोर्ट में डेरे का संचालन कैसे होता था इसका जिक्र किया है इसके साथ साथ इन्होंने बताया है कि डेरा प्रमुख गुरमीत राम सिंह दबाव बनाने के लिए अपने अनुयायियों से मनवरत भी रखवाता था ਕੈਮਰਾਮੈਨ ਸੰਜੇ ਦੇ ਸਾਥ ਅਨਿਲ ਕੁਮਾਰ ਟੋਟਲ ਨਿਊਜ਼ ਚੰਡੀਗੜ੍ਹ